हाँ जी, गलतियां कौन नहीं करता थोड़े चो? मैं तो करता, मतलब आप सारे ही करते हैं, सारिया तो कुछ ना कुछ कितना किते तो गलत हो ही जाता। पर पंगा पता कदों पैंदा, जो आप कहते नाले तो गलती करता नाले मानता नहीं, उतों ज़्यादा चक्कर पैंदा। ਹੁਣ ਆਪਾਂ ਸਾਰਿਆਂ ਤੋਂ ਗਲਤੀਆਂ ਹੋ ਜਾਂਦੀਆਂ ਨੇ, ਪਰ ਉਹ ਗਲਤੀਆਂ ਤੋਂ ਮੂਵ ਆਨ ਕਿਵੇਂ ਕਰਨਾ, ਉਹ ਗਲਤੀ ਤੋਂ ਅੱਗੇ ਕਿਵੇਂ ਵਧੀਆ ਜ਼ਿੰਦਗੀ ਦੇ ਵਿੱਚ, ਉਹ ਕਈ ਵਾਰੀ ਵੱਡਾ ਸਵਾਲ ਬਣ ਜਾਂਦਾ। ਮੈਨੂੰ ਯਾਦ ਆ ਸਾਡੇ ਨਾਲ ਇੱਕ ਮੁੰਡਾ ਹੁੰਦਾ ਸੀ, ਅਸੀਂ ਜਦੋਂ ਕੰਮ ਕਰਦੇ ਸੀ ਲੈਬ ਦੇ ਵਿੱਚ, ਉਦੋਂ ਮੈਂ ਇੰਗਲੈਂਡ ਦਾ ਨਵਾਂ ਆਇਆ ਸੀ, 2007-8 ਦੀ ਗੱਲ ਆ। ਤਾਂ ਉਦੋਂ ਸਾਨੂੰ ਇਹ ਪਤਾ ਲੱਗ ਗਿਆ ਸੀ ਵੀ ਜੇ ਅਸੀਂ ਨੇ ਇੱਥੇ ਫਾਰਮਾਸਿਸਟ ਬਣਨਾ, ਤੁਹਾਨੂੰ ਇੱਕੇ ਸੈਟਿੰਗ 'ਚ ਨਾ ਅਕੈਡਮਿਕ 'ਚ 4 ਚੋਂ 7 ਬੈਂਡ ਲੈਣੇ ਪੈਣੇ। ਚਲ मैं ਉੱਥੇ ਵੀ ਮਾੜੀ ਮੋਟੀ ਇੰਗਲਿਸ਼ ਦੀ ਪ੍ਰੈਕਟਿਸ ਕਰੀ ਜਾਂਦਾ ਸੀਗਾ ਨਾ, ਵੈਸੇ ਮੈਂ ਅੰਗਰੇਜ਼ੀ ਸਕੂਲ 'ਚ ਪੜ੍ਹਿਆ ਸੀ, ਮੈਨੂੰ ਲੱਗਦਾ ਵੀ ਠੀਕ ਹੀ ਆ ਕੰਮ ਕਰ ਲਾਂਗੇ। ਮੁੰਡਾ ਸਾਡੇ ਨਾਲ ਸੀ, ਪਾਕਿਸਤਾਨ ਤੋਂ ਆਇਆ ਸੀ, ਤੇ ਪੰਜਾਬੀ ਮੀਡੀਅਮ ਦਾ ਪੜ੍ਹਿਆ ਸੀਗਾ। ਤੇ ਜਦੋਂ ਗਲਤ ਬੋਲੇ ਇੰਗਲਿਸ਼ 'ਚ ਤਾਂ ਉਹਨੂੰ ਜਿਹੜੇ ਲਾਈਨ 'ਤੇ ਬੈਠੇ ਸੀ ਬੰਦੇ ਉਹਨੂੰ ਦੱਸਣ ਵੀ ਭਰਾ ਐ ਨਹੀਂ ਐ ਬੋਲਣਾ। ਉਹ ਉਹਨਾਂ ਨੂੰ ਕਿਹਾ ਕਰੇ, ਕਹਿੰਦਾ ਤੁਸੀਂ ਤਾਂ ਅਨਪੜ੍ਹ ਹੋ, ਚਾਹੇ ਤੁਹਾਨੂੰ ਅੰਗਰੇਜ਼ੀ ਆਉਂਦੀ, ਤੁਸੀਂ ਹੈ ਤਾਂ ਅਨਪੜ੍ਹ ਹੋ, ਤੁਹਾਨੂੰ ਥੋੜ੍ਹੀ ਪਤਾ। ਕਹਿੰਦਾ ਮੈਨੂੰ ਪਤਾ। ਉਸ ਚੱਕਰ ਦੇ ਵਿੱਚ ਬਹੁਤ ਜ਼ਿਆਦਾ ਲੰਬਾ ਸਮਾਂ ਲੱਗ ਗਿਆ ਸੀ ਉਹਨੂੰ ਪੇਪਰ ਪਾਸ ਕਰਨ ਦੇ ਵਿੱਚ, ਅਤੇ ਮੈਂ ਉਦੋਂ ਥੋੜ੍ਹਾ ਜਿਹਾ ਪਹਿਲਾਂ ਕਰ ਗਿਆ ਸੀ ਕਿਉਂਕਿ मैं ਆਪਣੀਆਂ ਗਲਤੀਆਂ ਨੂੰ ਸਮਝ ਰਿਹਾ ਸੀਗਾ। ਤਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈਗੀ ਆ, ਜੇ ਤੁਸੀਂ ਗਲਤੀਆਂ ਕਰ ਰਹੇ ਹੋ ਜਾਂ ਗਲਤੀਆਂ ਤੁਹਾਤੋਂ ਹੋ ਰਹੀਆਂ ਜਾਂ ਗਲਤੀ ਹੋ ਗਈ, ਇੱਕ ਹੋ ਗਈ, ਉਹਦਾ ਹੱਲ ਕੱਢਣ ਦਾ ਜਾਂ ਉਹ ਤੋਂ ਅੱਗੇ ਵਧਣ ਦਾ ਇਹੀ ਤਰੀਕਾ ਹੁੰਦਾ ਵੀ ਮੰਨ ਲਓ ਮੇਰੇ ਤੋਂ ਗਲਤੀ ਹੋ ਗਈ। ਇਹਦੇ ਨਾਲ ਕੋਈ ਛੋਟਾ ਵੱਡਾ ਨਹੀਂ ਹੁੰਦਾ, ਗਲਤੀ ਮੰਨਣੀ ਆ ਜਿਹੜੀ ਨਾ, ਇਹ ਇੱਕ ਪਾਵਰ ਦੀ ਨਿਸ਼ਾਨੀ ਆ। ਕਮਜ਼ੋਰ ਬੰਦਾ ਹੀ ਗਲਤੀ ਨਹੀਂ ਮੰਨ ਸਕਦਾ, ਜਿਹੜੇ ਬੰਦੇ 'ਚ ਹਲੀਮੀ ਆ, ਜਿਹੜਾ ਬੰਦਾ ਅੰਦਰੋਂ ਸਟਰੋਂਗ ਹੈ, ਉਹੀ ਮੰਨ ਸਕਦਾ ਵੀ ਮੇਰੇ ਤੋਂ ਗਲਤੀ ਹੋਈ ਆ ਅਤੇ ਮੈਂ ਅੱਗੇ ਤੋਂ ਨਹੀਂ ਕਰੂੰਗਾ। ਜਿਹੜਾ ਬੰਦਾ ਹੁੱਛ ਹੈ, ਹਲਕਾ ਹੈ, ਘਮੰਡੀ ਹੈ ਜਾਂ ਅੰਦਰ ਉਹਦੇ ਇਨਸਿਕਿਉਰਿਟੀਜ਼ ਨੇ, ਉਹ ਮੰਨ ਕੇ ਨਹੀਂ ਦਊਗਾ ਕਦੇ ਵੀ ਮੇਰੇ ਤੋਂ ਗਲਤੀ ਹੋਈ ਆ। ਤਾਂ ਜ਼ਰੂਰ ਤੋਂ ਜ਼ਰੂਰ ਇਹ ਸੋਚਿਆ ਕਰੋ ਜਦੋਂ ਗਲਤੀ ਹੋ ਜਾਵੇ ਵੀ ਯਾਰ ਜੇ ਮੈਂ ਮੰਨ ਲਊਂਗਾ ਇਹਦੇ ਨਾਲ ਮੇਰਾ ਵੀ ਫਾਇਦਾ ਹੈ, ਸਾਹਮਣੇ ਵਾਲੇ ਦਾ ਵੀ ਫਾਇਦਾ, ਮੈਂ ਕੁਛ ਸਿੱਖੂੰਗਾ, ਮੈਂ ਅੱਗੇ ਵਧੂੰਗਾ। ਹੁਣ ਸਿੱਖਣ ਵਾਲੀ ਗੱਲ ਤੋਂ ਦੂਜੀ ਗੱਲ ਸ਼ੁਰੂ ਹੋ ਗਈ। ਗਲਤੀ ਉਨਾ ਚਿਰ ਗਲਤੀ ਮੰਨੀ ਜਾਊਗੀ ਜਦੋਂ ਆਪਾਂ ਉਸ ਤੋਂ ਬਾਅਦ ਉਹਦੇ 'ਤੇ ਬਸ ਵੀ ਚੁੱਪ ਕਰ ਜਾਓ, ਜੋ ਹੋ ਗਿਆ ਸੋ ਹੋ ਗਿਆ, ਛੱਡੋ ਪਰੇ ਨਾ। ਜੇ ਉਸ ਗਲਤੀ ਤੋਂ ਤੁਸੀਂ ਕੁਛ ਸਿੱਖ ਲਓ, ਜੇ ਉਸ ਗਲਤੀ ਤੋਂ ਕੋਈ ਤੁਹਾਨੂੰ ਲੈਸਨ ਮਿਲ ਜੇ, ਜੇ ਉਸ ਗਲਤੀ ਦੇ ਵਿੱਚੋਂ ਕੋਈ ਤੁਹਾਨੂੰ ਤੌਰ ਤਰੀਕੇ ਆਪਦੇ ਬਦਲਣ ਦਾ ਪਤਾ ਲੱਗ ਜੇ ਜਾਂ ਕੋਈ ਇੱਕ ਨਵੀਂ ਚੀਜ਼ ਬਾਰੇ ਪਤਾ ਲੱਗ ਜੇ, ਤਾਂ ਫਿਰ ਉਹ ਲੈਸਨ ਹੀ ਹੋ ਗਿਆ ਨਾ। ਕੋਸ਼ਿਸ਼ ਕਰਿਆ ਕਰੋ ਜੇ ਗਲਤੀ ਹੋ ਵੀ ਗਈ ਤਾਂ ਉਹਦੀ ਰਿਫਲੈਕਸ਼ਨ ਬਹਿ ਕੇ ਕਰਨੀ ਅਤੇ ਦੇਖਣਾ ਵੀ ਜੋ ਆਪਾਂ ਸਿੱਖਿਆ ਕੀ ਹੈ। ਕਿਸੇ ਬੰਦੇ ਨੇ ਤੁਹਾਡੇ ਨਾਲ ਠੱਗੀ ਮਾਰ ਲਈ, ਉਹ 'ਚੋਂ ਤੁਸੀਂ ਸਿੱਖਿਆ ਕੀ ਹੈ। ਤੁਸੀਂ ਕਿਸੇ ਨੂੰ ਗਾਲਾਂ ਕੱਢਤੀਆਂ, ਉਹ ਤੋਂ ਬਾਅਦ ਤੁਸੀਂ ਸਿੱਖਿਆ ਕੀ ਹੈ। ਜਦੋਂ ਤੁਹਾਨੂੰ ਮਹਿਸੂਸ ਹੋਇਆ, ਉਹ ਤੋਂ ਬਾਅਦ ਘਰੇ ਆ ਕੇ ਜਿਹੜੀ ਪਰੇਸ਼ਾਨੀ ਮਹਿਸੂਸ ਹੋਈ, ਦੁੱਖ ਹੋਇਆ, ਕਿੰਨੇ ਦਿਨ ਆਪ ਤਪੇ ਰਹੇ, ਰਿਗਰੈਟ ਹੋਇਆ, ਉਹ 'ਚੋਂ ਤੁਸੀਂ ਸਿੱਖਿਆ ਕੀ ਹੈ। ਤਾਂ ਸਿੱਖਣਾ ਬਹੁਤ ਜ਼ਰੂਰੀ ਹੈ। ਜੇ ਸਿੱਖਦੇ ਰਹੋਗੇ ਤਾਂ ਗਲਤੀ ਨਹੀਂ ਲੱਗੂਗੀ ਅਤੇ ਅਗਲੀ ਵਾਰੀ ਗਲਤੀ ਦੁਬਾਰੇ ਉਹ ਹੋਊਗੀ ਵੀ ਨਹੀਂ। ਅਗਲੀ ਚੀਜ਼ ਹੈਗੀ ਆ ਰਿਗਰੈਟ। ਰਿਗਰੈਟ ਮਤਲਬ ਪਛਤਾਵਾ। ਕੁਛ ਗਲਤ ਹੋ ਗਿਆ ਫਿਰ ਪਛਤਾਵਾ ਵੀ ਉਹ ਯਾਰ ਮੈਂ ਐਂ ਕਾਹਨੂੰ ਕਰਨਾ ਸੀ, ਯਾਰ ਜੇ ਅਸੀਂ ਉੱਥੇ ਨਾ ਜਾਂਦੇ ਤਾਂ ਐਂ ਹੁੰਦਾ, ਨਾ ਮੈਂ ਐਂ ਕਹਿੰਦਾ ਨਾ ਐਂ ਹੁੰਦਾ। ਉਹ ਤੁਹਾਨੂੰ ਹੁਣ ਲੱਗ ਰਿਹਾ, ਪਹਿਲਾਂ ਉਵੇਂ ਨਹੀਂ ਸੀ। ਜਦੋਂ ਤੁਸੀਂ ਉਹ ਹਾਲਾਤ ਦੇ ਵਿੱਚ ਸੀਗੇ ਉਸ ਟਾਈਮ ਤਾਂ ਤੁਹਾਨੂੰ ਇਹੀ ਲੱਗ ਰਿਹਾ ਸੀ ਨਾ, ਜੋ ਤੁਸੀਂ ਉਦੋਂ ਕਰ ਰਹੇ ਹੋ ਵੀ ਉਹੀ ਬੈਸਟ ਹੈ, ਅਤੇ ਜੋ ਉਦੋਂ ਬੈਸਟ ਲੱਗ ਰਿਹਾ ਸੀ ਤੁਸੀਂ ਉਹੀ ਕੀਤਾ ਸੀ। ਹੁਣ ਤੁਹਾਨੂੰ ਲੱਗ ਰਿਹਾ ਵੀ ਯਾਰ ਉਵੇਂ ਨਾ ਕਰਦੇ, ਉਵੇਂ ਹੋ ਗਿਆ। ਜਦੋਂ ਆਪਾਂ ਤਾਸ਼ ਖੇਡਦੇ ਹਾਂ ਦੋ ਜਣੇ, ਜਿਹੜਾ ਤੀਆ ਬੰਦਾ ਕੋਲ ਖੜਾ ਹੁੰਦਾ ਉਹ ਕਹਿੰਦੇ ਵੀ ਆਹ ਪੱਤਾ ਨਹੀਂ, ਆਹ ਸੈੱਟ, ਕਿਉਂਕਿ ਉਹ ਆਪ ਸਿਚੁਏਸ਼ਨ ਦੇ ਵਿੱਚ ਨਹੀਂ ਹੁੰਦਾ। ਜਦੋਂ ਤੁਸੀਂ ਸਿਚੁਏਸ਼ਨ ਦੇ ਵਿੱਚ ਨਹੀਂ ਹੁੰਦੇ ਉਦੋਂ ਗੱਲ ਹੀ ਹੋਰ ਹੁੰਦੀ ਆ। ਜਦੋਂ ਤੁਸੀਂ ਸਿਚੁਏਸ਼ਨ ਦੇ ਵਿੱਚ ਹੋ ਉਦੋਂ ਤੁਸੀਂ ਆਪਦਾ ਬੈਸਟ ਹੀ ਦੇਖ ਰਹੇ ਹੁੰਦੇ ਹੋ। ਕੱਲ੍ਹ ਨੂੰ ਥਰਡ ਪਰਸਨ ਵਾਂਗੂ ਖੜ੍ਹੇ ਹੋ ਕੇ ਉਂਗਲ ਕਰ ਦੇਣੀ ਵੀ ਯਾਰ ਉੱਦੇ ਮੈਂ ਗਲਤ ਕੀਤਾ ਸੀ, ਉਹ ਉੱਥੇ ਖੜ੍ਹ ਕੇ ਲੱਗ ਰਿਹਾ ਕਿਉਂਕਿ ਅੱਜ ਤੁਹਾਡੇ 'ਤੇ ਉਹ ਪ੍ਰੈਸ਼ਰ ਨਹੀਂ ਹੈਗਾ ਉਹ ਫੈਸਲਾ ਲੈਣ ਦਾ ਜਾਂ ਉਹ ਚੀਜ਼ ਕਰਨ ਦਾ। ਤਾਂ ਜੋ ਤੁਹਾਡੇ ਪਾਸਟ 'ਚ ਹੋ ਚੁੱਕਿਆ ਹੈ ਉਹ 'ਤੇ ਰਿਗਰੈਟ ਨਾ ਕਰੋ। ਬਸ ਇਹ ਸੋਚੋ ਵੀ ਉਸ ਦਿਨ ਉਸ ਮੂਮੈਂਟ ਮੇਰੇ ਕੋਲ ਉਹੀ ਆਪਸ਼ਨ ਸੀ ਜਿਹੜੀ ਮੈਂ ਲਈ, ਉਹੀ ਬੈਸਟ ਆਪਸ਼ਨ ਸੀ। ਅੱਜ ਮੈਨੂੰ ਬਾਕੀ ਆਪਸ਼ਨਾਂ ਦਿਸ ਰਹੀਆਂ ਪਰ ਉਸ ਟਾਈਮ ਖੜ੍ਹੇ 'ਤੇ ਮੈਨੂੰ ਉਹ ਆਪਸ਼ਨਾਂ ਦਿਖੀਆਂ ਹੀ ਨਹੀਂ ਸੀਗੀਆਂ। ਅਤੇ ਇਹਦੇ ਨਾਲ ਜਾਨ ਵੀ ਸੌਖੀ ਹੋਊਗੀ, ਗਲਤੀ ਦਾ ਰਿਗਰੈਟ ਵੀ ਘੱਟ ਹੋਊਗਾ। ਚੌਥਾ ਪੁਆਇੰਟ, ਗਲਤੀ ਰਿਪੀਟ ਨਾ ਕਰੋ। ਇੱਕ ਵਾਰੀ ਹੋਈ ਗਲਤੀ ਆ, ਗਲਤੀ ਮਤਲਬ ਵੀ ਗਲਤ ਹੋ ਗਿਆ। ਦੂਜੀ ਵਾਰੀ ਜਾਂ ਤਾਂ ਤੁਹਾਡੀ ਆਦਤ ਬਣ ਚੁੱਕੀ ਹੈ ਜਾਂ ਤੁਹਾਡੀ ਬੇਵਕੂਫੀ। ਜੇ ਤੁਹਾਨੂੰ ਕੋਈ ਹੋਰ ਬੇਵਕੂਫ ਬਣਾ ਰਿਹਾ ਵੀ ਪਹਿਲੀ ਵਾਰੀ ਤੁਸੀਂ ਕਿਤੋਂ ਧੋਖਾ ਖਾਧਾ, ਫਿਰ ਖਾਧਾ, ਫਿਰ ਤਾਂ ਤੁਸੀਂ ਬੇਵਕੂਫ ਹੈ ਨਾ। ਜਾਂ ਤੁਸੀਂ ਮੰਨ ਲਓ ਕਿਤੇ ਕੰਮ ਕਰ ਰਹੇ ਹੋ ਜੌਬ 'ਤੇ, ਤੁਸੀਂ ਮਿਸਟੇਕ ਆਫਟਰ ਉਹੀ ਗਲਤੀ ਦੁਬਾਰੇ ਕਰੀ ਜਾ ਰਹੇ ਹੋ, ਉਹ ਫਿਰ ਗਲਤੀ ਥੋੜ੍ਹੀ, ਉਹ ਤਾਂ ਥੋੜ੍ਹੀ ਆਦਤ ਬਣ ਗਈ ਵੀ ਮੈਂ ਤਾਂ ਇਹੀ ਕਰਨਾ। ਤਾਂ ਗਲਤੀ ਜੇ ਰਿਪੀਟ ਹੋ ਰਹੀ ਹੈ ਤਾਂ ਦੇਖੋ ਵੀ ਕੀ ਇੱਥੇ ਮੈਂ ਬੇਵਕੂਫੀ ਕਰ ਰਿਹਾ ਜਾਂ ਇਹ ਮੇਰੀ ਆਦਤ ਬਣ ਚੁੱਕੀ ਆ। ਫਿਰ ਉਸ ਚੀਜ਼ 'ਤੇ ਫੋਕਸ ਕਰੋ ਵੀ ਕਿਵੇਂ ਇਹ ਆਦਤਾਂ ਜਿਹੜੀਆਂ ਇਹ ਬਦਲ ਲਈਆਂ ਨੇ, ਉਹਦੇ ਨਾਲ ਵੀ ਫਰਕ ਪਊਗਾ। ਅਖੀਰ ਦੇ ਵਿੱਚ ਆਪਦੀ ਗਲਤੀ ਹੈ ਜਿਹੜੀ ਨਾ ਕਿਸੇ ਹੋਰ ਦੇ ਗੱਲ ਲਾ ਦੇਣਾ, ਕਸੂਰ ਕਿਸੇ ਦਾ ਹੋਰ ਕੱਢ ਦੇਣਾ, ਇਹ ਵੀ ਇੱਕ ਬਹੁਤ ਵੱਡੀ ਗੱਲ ਹੈਗੀ ਅਤੇ ਇਹ ਤੋਂ ਆਪਾਂ ਬਚਣਾ ਚਾਹੀਦਾ। ਆਪਾਂ ਕੀ ਕਰਦੇ ਆਂਗੇ, ਆਪਾਂ ਕੁਛ ਵੀ ਹੋ ਜੇ ਆਪਾਂ ਬੰਦਾ ਲੱਭ ਲੈਂਦੇ ਹਾਂ ਵੀ ਫਲਾਣੇ ਦੀ ਗਲਤੀ, ਤੁਸੀਂ ਐਂ ਕੀਤਾ ਸੀ ਤਾਂ ਐਂ ਹੋ ਗਿਆ, ਜੇ ਤੁਸੀਂ ਕਾਹਲ ਨਾ ਕਰਦੇ ਤਾਂ ਮੇਰੇ ਤੋਂ ਗੱਡੀ ਨਾ ਵੱਜਦੀ। ਸਟੀਅਰਿੰਗ ਤਾਂ ਆਪਣੇ ਹੱਥ 'ਚ ਹੀ ਹੁੰਦਾ, ਜੇ ਤੁਸੀਂ ਐ ਨਾ ਕਹਿੰਦੇ ਪਹਿਲਾਂ ਮੈਨੂੰ ਤਾਂ ਮੈਂ ਤੁਹਾਨੂੰ ਗਾਲਾਂ ਨਾ ਕੱਢਦਾ। ਇਹ ਬਹੁਤ ਕਾਮਨ ਹੈ। ਇਹ ਮਾਵਾਂ, ਮੁੰਡਿਆਂ ਦੀਆਂ ਮਾਵਾਂ ਅਕਸਰ ਉਹ ਕੁੜੀਆਂ ਨੂੰ ਕਹਿ ਰਹੀਆਂ ਜਿਹੜੇ ਮੁੰਡੇ ਅੱਜ ਕੱਲ੍ਹ ਕੁੜੀਆਂ ਨੂੰ ਵਿਆਹ ਤੋਂ ਬਾਅਦ ਤੰਗ ਕਰ ਰਹੇ ਜਾਂ ਗਾਲਾਂ ਕੱਢ ਰਹੇ ਨੇ। ਜੋ ਕੁੜੀ ਕਹਿੰਦੀ ਭਾਈ ਮੈਂ ਗਾਲਾਂ ਨਹੀਂ ਖਾਣੀਆਂ, ਤੂੰ ਪੁੱਤ ਨਾ ਬੋਲਿਆ ਕਰ। ਫਿਰ ਜੇ ਤੂੰ ਨਾ ਬੋਲੇ ਫਿਰ ਤਾਂ ਇਹ ਕੁਛ ਨਹੀਂ ਕਹਿੰਦਾ। ਇਹ ਬਹੁਤ ਹੀ ਮਾੜੀ ਗੱਲ ਹੈ। ਗਲਤੀ ਦੇ ਉੱਤੇ ਪਰਦਾ ਪਾਉਣਾ ਅਤੇ ਦੂਜੇ ਨੂੰ ਹੀ ਬਲੇਮ ਕਰ ਦੇਣਾ, ਇਹ ਨਹੀਂ ਕਰਨਾ ਚਾਹੀਦਾ। ਇਹਦੇ ਨਾਲ ਤੁਸੀਂ ਕਿਤੇ ਨਹੀਂ ਪਹੁੰਚਦੇ। ਉਹ ਸਾਡਾ ਸਰ ਹੁੰਦਾ ਸੀ ਮਨਜੀਤ ਸਿੰਘ ਫਿਜ਼ਿਕਸ ਵਾਲਾ, ਆਪਾਂ ਨੂੰ ਤਾਂ ਘੱਟ ਹੀ ਰੇਟ ਕਰਦਾ ਸੀ ਵੈਸੇ ਉਹ, ਚਲੋ ਮਹਾਰਾਜ ਦੀ ਕਿਰਪਾ ਆਪਣਾ ਕੰਮ ਠੀਕ ਠਾਕ ਹੋ ਗਿਆ। ਉਹ ਉਹਦੀ ਐਗਜ਼ਾਮਸ਼ਨ ਸੀ ਸਾਡੀ, ਕਹਿੰਦਾ ਜਦੋਂ ਤੁਸੀਂ ਫੇਲ ਹੋਵੋਗੇ 12ਵੀਂ 'ਚੋਂ, ਚਲੋ ਹੋਏ ਨਹੀਂ, ਕਹਿੰਦਾ ਜਦੋਂ ਤੁਸੀਂ 12ਵੀਂ 'ਚ ਫੇਲ ਹੋਵੋਗੇ ਤਾਂ ਮੈਂ ਤੁਹਾਨੂੰ ਪੁੱਛੂੰਗਾ ਵੀ ਤੁਸੀਂ ਫੇਲ ਹੋ ਗਏ। ਕਹਿੰਦਾ ਤੁਸੀਂ ਕਹੋਗੇ ਜੀ ਕਾਲਜ ਪੜ੍ਹਦੇ ਸੀ, ਮਹਿੰਦਰਾ ਬਹੁਤ ਦੂਰ ਸੀ, 3-3 ਟਿਊਸ਼ਨਾਂ ਸੀਗੀਆਂ, ਸਕੂਟਰ 'ਤੇ ਨਹੀਂ ਦੂਰ ਜਾਂ ਸਾਈਕਲ 'ਤੇ ਨਹੀਂ ਦੂਰ ਜਾਂਦੇ ਸੀ, ਗਰਮੀ ਦੇ ਮਹੀਨੇ ਸੀ, ਬਹੁਤ ਥੱਕ ਜਾਂਦਾ ਸੀ, ਪੜ੍ਹ ਹੀ ਨਹੀਂ ਗਿਆ। ਕਹਿੰਦਾ ਫਿਰ ਤੁਹਾਡੇ ਮਾਂ ਪਿਓ ਪੁੱਛਣਗੇ ਵੀ ਤੁਸੀਂ ਫੇਲ ਹੋ ਗਏ ਹੋਏ। ਕਿਉਂਕਿ ਜੀ ਟੀਚਰ ਫਿਜ਼ਿਕਸ ਵਾਲਾ ਸੀ, ਕੈਮਿਸਟਰੀ ਵਾਲਾ ਸੀ, 100 ਸਟੂਡੈਂਟ ਸੀ, ਜਿਹੜੇ ਅੱਗੇ ਬੈਠੇ ਉਹਨਾਂ ਨੂੰ ਬੁਲਾਉਂਦਾ ਸੀ, ਸਾਨੂੰ ਤਾਂ ਕਦੇ ਪੁੱਛਦਾ ਨਹੀਂ ਸੀ, ਤਾਂ ਫੇਲ ਹੋ ਗਏ। ਕਹਿੰਦਾ ਪਰ ਤੁਸੀਂ ਕਦੇ ਨਹੀਂ ਜ਼ਿੰਮੇਵਾਰੀ ਲੈਣੀ ਵੀ ਅਸੀਂ ਪੜ੍ਹੇ ਨਹੀਂ ਸੱਜਣਾ। ਇਹ ਗੱਲ ਬਹੁਤ ਸੱਚੀ ਆ, ਆਪਾਂ ਜ਼ਿੰਮੇਵਾਰੀ ਨਹੀਂ ਲੈਂਦੇ। ਆਪਣੀ ਗਲਤੀ ਦੀ ਜ਼ਿੰਮੇਵਾਰੀ ਲਓ, ਉਹਦੇ ਨਾਲ ਤੁਹਾਨੂੰ ਰਿਸਪੋਂਸੀਬਿਲਿਟੀ, ਜ਼ਿੰਮੇਵਾਰੀ ਲੈਣ ਦਾ ਅਹਿਸਾਸ ਹੋਊਗਾ ਅਤੇ ਇਹ ਪਤਾ ਵੀ ਅਗਲੀ ਵਾਰੀ ਵੀ ਐਂ ਫੀਲ ਹੋਣਾ ਜਦੋਂ ਜ਼ਿੰਮੇਵਾਰੀ ਲਊਂਗਾ ਤਾਂ ਅਗਲੀ ਵਾਰੀ ਧਿਆਨ ਨਾਲ ਚੱਲੋਗੇ। ਮੈਨੂੰ ਉਮੀਦ ਆ ਤੁਹਾਨੂੰ ਅੱਜ ਦੀਆਂ ਗੱਲਾਂ ਸਹੀ ਲੱਗੀਆਂ ਹੋਣੀਆਂ। ਜੇ ਲੱਗੀਆਂ ਤਾਂ ਫਿਰ ਇਹਨਾਂ ਨੂੰ ਸ਼ੇਅਰ, ਸਬਸਕ੍ਰਾਈਬ, ਲਾਈਕ, ਰੇਟ, ਰਿਵਿਊ ਸਭ ਕਰ ਦਿਆ ਕਰੋ। ਮੈਂ ਮਿਲਦਾ ਤੁਹਾਨੂੰ ਇੱਕ ਹੋਰ ਐਪੀਸੋਡ ਨਾਲ ਬਹੁਤ ਛੇਤੀ।